ਮੈਂ ਆਪਣੇ ਦੋਸਤਾਂ ਦੇ ਨਾਲ ਮੌਜੂਦਾ ਟੋਇota ਦੇ ਮਿਊਜ਼ੀਅਮ ਦੇ ਵਿੱਚ ਜਿੱਥੇ ਮੇਰੀ ਮੁਲਾਕਾਤ ਹੋਈ ਉਮਰ ਇਨ ਜਾਪਾਨ ਉਮਰ ਭਾਈ ਦੇ ਨਾਲ ਮੈਂ ਗੋਲੂ ਭਾਈ ਦੇ ਨਾਲ ਸਾਂ ਜਿਹੜੇ ਕਿ ਉਮਰ ਭਾਈ ਦੇ ਪੁਰਾਣੇ ਦੋਸਤ ਨੇ ਉਹਨਾਂ ਦੀ ਪੋਸਟ ਦੇ ਜ਼ਰੀਏ ਉਮਰ ਭਾਈ ਨੂੰ ਪਤਾ ਲੱਗਾ ਕਿ ਅਸੀਂ ਇਹਨਾਂ ਦੇ ਸ਼ਹਿਰ ਚੋਂ ਗੁਜ਼ਰ ਰਹੇ ਹਾਂ ਤੇ ਉਮਰ ਭਾਈ ਨੇ ਮਿਲਣ ਦੀ ਦਾਵਤ ਦੇ ਦਿੱਤੀ ਤੇ ਅਸੀਂ ਫੈਸਲਾ ਕੀਤਾ ਕਿ ਅਸੀਂ ਟੋਇota ਦੇ ਮਿਊਜ਼ੀਅਮ ਦੇ ਵਿੱਚ ਮੁਲਾਕਾਤ ਕਰ ਲੈਨੇ ਹਾਂ ਖਾਸ ਤੌਰ ਤੇ ਟੋਇota ਦੇ ਜਿਹੜੇ ਜਿੰਨੇ ਵੀ ਨਵੇਂ ਮਾਡਲ ਨੇ OS ਮਿਊਜ਼ੀਅਮ ਦੇ ਵਿੱਚ ਮੌਜੂਦ ਨੇ ਕੋਈ ਵੀ ਬੰਦਾ ਆ ਕੇ ਇੱਥੇ ਉਹਨਾਂ ਨੂੰ ਵੇਖ ਸਕਦਾ ਹੈ ਚੈੱਕ ਕਰ ਸਕਦਾ ਹੈ ਸਾਡੀ ਦਿਲਚਸਪੀ ਹੈ ਇੱਥੇ ਨਵਾਂ ਮਾਡਲ ਇੱਕ ਲਾਂਚ ਹੋਇਆ ਹੈ ਸੈਂਚਰੀ ਉਹਨੂੰ ਵੇਖਣ ਵਾਸਤੇ ਅਸੀਂ ਇੱਥੇ ਆਏ ਹਾਂ ਕਿਉਂਕਿ ਇਹ ਗੱਡੀ ਕਾਫੀ ਐਕਸਪੈਂਸਿਵ ਹੈ ਇਸ ਵਜ੍ਹਾ ਤੋਂ ਸਿਰਫ ਪਿਛੇ ਵਾਲੀ ਇੱਕ ਸੀਟ ਉਹ ਵੀ ਲੈਫਟ ਵਾਲੀ ਸੀਟ ਇਹਨਾਂ ਨੇ ਖੋਲ੍ਹੀਏ ਕਿ ਬੰਦਾ ਅੰਦਰ ਬੈਠ ਕੇ ਗੱਡੀ ਦੀ ਫੀਲ ਲੈ ਸਕੇ ਫਰੰਟ ਤੇ ਵਿੱਚ ਬੈਣ ਦੀ ਇਜਾਜ਼ਤ ਨਹੀਂ ਹੈ ਬਾਕੀ ਦੂਸਰੇ ਮਾਡਲਸ ਅਸੀਂ ਚੈੱਕ ਕਰ ਸਕਦੇ ਹਾਂ ਫਰੰਟ ਤੇ ਬੈ ਕੇ ਨਿਸਾਰ ਭਾਈ ਨੂੰ ਇਸ ਗੱਡੀ 'ਚ ਕਾਫੀ ਦਿਲਚਸਪੀ ਸੀ ਉਹ ਬੈ ਕੇ ਗੱਡੀ ਦੀ ਫੀਲ ਲੈ ਰਹੇ ਨੇ ਤੇ ਉਮਰ ਭਾਈ ਇਹ ਦੱਸ ਰਹੇ ਨੇ ਕਿ ਇਹ ਗੱਡੀ ਜਿਹੜੀ ਹੈ ਇਹ ਡਰਾਈਵਰ ਦੇ ਨਾਲ ਰੱਖਣ ਵਾਲੀ ਗੱਡੀ ਜਿਹੜਾ ਬੰਦਾ ਇੰਨੇ ਜ਼ਿਆਦਾ ਪੈਸੇ ਖਰਚੇਗਾ ਉਹ ਗੱਡੀ ਦੇ ਪਿੱਛੇ ਬੈ ਕੇ ਹੀ ਫੀਲ ਲਵੇਗਾ ਕਿਉਂਕਿ ਇਹ ਗੱਡੀ ਬਣਾਈ ਇਸ ਡਿਜ਼ਾਈਨ ਤੇ ਕਿ ਇਹ ਅਮੀਰ ਲੋਕ ਜਿਹੜੇ ਨੇ ਉਹ ਡਰਾਈਵਰ ਦੇ ਨਾਲ ਇਸ ਗੱਡੀ ਨੂੰ ਇੰਜੋਏ ਕਰ ਸਕਣ ਇਹ ਗੱਡੀ ਪਿੱਛੇ ਬਹਣ ਵਾਲੀ ਹੈ ਡਰਾਈਵਰ ਰੱਖਣ ਵਾਲੀ ਗੱਡੀ ਹੈ ਹਾਂ 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 ਸਾਏ ਗਾਇਬ ਕਿ ਨਹੀਂ あの ਕੁਰਮਾ ਨੋ ਕੈਸ਼ ਨੋ ਤੈ ਨਾ ਸੋਨਗਾ ਜਪਾਨੀ ਡਰਾਈਵਰ ਦੇ ਕਲਚਰ ਨਹੀਂ ਹੈ ਲੇਕਿਨ ਇਹ ਗੱਡੀ ਅਗਰ ਕੋਲ ਹੈ ਤੇ ਫਿਰ ਡਰਾਈਵਰ ਬਣਦਾ ਹੈ ਡਰਾਈਵਰ ਬਣਦਾ ਗੱਡੀ ਦੀ ਤੋਹੀਨ ਹੈ ਦੇ ਯਤਨ ਰੋਲਸ ਰੋਇਸ ਦੇ ਮੁਕਾਬਲੇ ਤੇ ਕੋਈ ਹੋਰ ਨੇ ਬਣਾਈ ਹੈ ਸਹੀ ਸੈਂਚਰੀ ਦੇ ਕ੍ਰਾਸਓਵਰ ਟਾਈਪ ਹੈ ਨਾ ਐਸ ਈ او ਵੀ ਹੂੰ ਬੇਸਿਕਲੀ ਸੈਂਚਰੀ ਜਿਹੜੀ ਹੈ ਸੈਡਾਨ ਦੇ ਅੰਦਰ ਹੁੰਦੀ ਸੀ ਬਹੁਤ ਜ਼ਿਆਦਾ ਡਿਟੇਲਿੰਗ ਦਿੱਤੀ ਗਈ ਹੈ ਇਸ ਗੱਡੀ ਦੇ ਵਿੱਚ ਬਹੁਤ ਜ਼ਿਆਦਾ ਕੰਫਰਟੇਬਲ ਗੱਡੀ ਹੈ ਇਹ ਸੀਟ ਐਡਜਸਟ ਕਰਨ ਵਾਸਤੇ ਕਿੰਨਾ ਖੂਬਸੂਰਤ ਡਿਜ਼ਾਈਨ ਦਿੱਤਾ ਗਿਆ ਹੈ ਤਾਂ ਕਿ ਇੱਕ ਆਮ ਬੰਦਾ ਵੀ ਇਹਨੂੰ ਸਮਝ ਸਕੇ ਕਿ ਇਹ ਕਿਸ ਤਰ੍ਹਾਂ ਸੀਟ ਐਡਜਸਟ ਕਰਨੀ ਹੈ ਇਹ ਗੱਡੀ ਜਿਹੜੀ ਹੈ ਟੋਇota ਨੇ ਰੋਲਸ ਰੋਇਸ ਦੇ ਮੁਕਾਬਲੇ ਚ ਕੱਢੀ ਏ ਤੇ ਉਹਦੇ ਕੀਮਤ ਦੀ ਨਿਸ਼ਬਤ ਬਹੁਤ ਸਸਤੀ ਏ ਰੋਲਸ ਰੋਇਸ ਤਾਂ ਕਾਫੀ ਮਹਿੰਗੀ ਏ ਇਹ ਇਹ ਹੈ ਕਿ ਜਦੋਂ ਵੀ ਥੋੜਾ ਓਪਨ ਕਰਦੇ ਆ ਫੋਟੋ ਕਰ ਰੱਖਿਆ ਪਿੰਗ ਕਾਰ ਦੇ あの இਮ 아이ਚੀ ਮੇ ਦੇ ਕੇ ਮੈਂ ਜਿਹੜਾ ਪੂਰੇ ਜਾਪਾਨ ਦਾ ਟੂਰ ਕੀਤਾ ਸੀ ਗੋਲੋ ਬਾਈ ਤੇ ਨਸਾਰ ਬਾਈ ਦੇ ਨਾਲ ਉਹਦੇ ਬਾਰੇ ਚ ਉਮਰ ਬਾਈ ਇਸ ਲੜਕੀ ਨੂੰ ਦੱਸ ਰਹੀ ਨੇ ਕਿ ਕਿਸ ਤਰ੍ਹਾਂ ਇਹਨਾਂ ਨੇ ਜਾਪਾਨ ਦੀ ਇੱਕ ਨੁੱਕਰ ਤੋਂ ਸਫ਼ਰ ਸ਼ੁਰੂ ਕੀਤਾ ਤੇ ਹੁਣ ਇੱਕ ਹੁਮਦੇ ਹੁਮਦੇ ਦੂਸਰੀ ਨੁਕਰ ਤੱਕ ਜਾ ਰਹੇ ਨੇ ਤੇ ਉਹ ਲੜਕੀ ਕਾਫੀ ਹੈਰਾਨ ਹੋ ਰਹੀ ਏ ਤੇ ਕਹਿ ਰਹੀ ਏ ਕਿ ਇੰਜੋਏ ਕਰੋ ਆਈ ਹੋਪ ਕਿ ਤੁਸੀਂ ਇੰਜੋਏ ਕਰੋਗੇ ਉਮਰ ਭਾਈ ਨਾਲ ਐ ਮੇਰੀ ਪਹਿਲੀ ਮੁਲਾਕਾਤ ਸੀ ਜਾਪਾਨ ਦੇ ਵਿੱਚ ਲੇਕਿਨ ਟਾਈਮ ਦੀ ਕਮੀ ਦੀ وجہ ਤੋਂ ਤੇ ਸਾਡਾ ਸ਼ੈਡਿਊਲ ਸੀ ਜਿਹੜਾ ਉਹਦੇ ਵਜ੍ਹਾ ਤੋਂ ਅਸੀਂ ਜ਼ਿਆਦਾ ਵਕਤ ਨਹੀਂ گزار ਪਾਏ ਨਾ ਹੀ ਜ਼ਿਆਦਾ ਵੀਡੀਓਜ਼ ਬਣਾ ਪਾਏ ਹਾਂ ਬਹਰਲ ਇਸ ਮਿਊਜ਼ੀਅਮ ਦੀਆਂ ਮੈਂ ਕੁਝ ਕਲੋਜ਼ ਸ਼ਾਟਸ ਲਏ ਨੇ ਗੱਡੀਆਂ ਦੇ ਉਹ ਮੈਂ ਸ਼ੇਅਰ ਕਰਾਂਗਾ ਤੁਹਾਡੇ ਨਾਲ ਬਹੁਤ ਹੀ ਖੂਬਸੂਰਤ ਗੱਡੀਆਂ ਨੇ ਯਾਨੀ ਕਿ ਇਸ ਮਿਊਜ਼ੀਅਮ ਦੇ ਵਿੱਚ ਆ ਕੇ ਵਦ ਤੋਂ ਵਦ ਟੋ요ਟਾ ਦੀ ਗੱਡੀ ਇਕੱਠਾ ਇਕੱਠੀਆਂ ਵੇਖ ਕੇ ਮੈਨੂੰ ਮਹਿਸੂਸ ਹੋਇਆ ਕਿ ਟੋ요ਟਾ ਕਿੰਨੀ ਤਰੱਕੀ ਕੀਤੀ ਹੈ ਟੋ요ਟਾ ਨੇ ਤੇ ਐਵੇਂ ਟੋ요ਟਾ ਦਾ ਨਾਮ ਨਹੀਂ ਮੈਂ ਦੱਸਿਆ ਨਹੀਂ ਹਲੇ ਫਾਈਨਲ ਨਹੀਂ ਕੀਤਾ ਫਾਈਨਲ ਨਹੀਂ ਕੀਤਾ ਵੀ ਆਪਕਾ ਵਿਚਾਰ ਨਾ ਕੀਤਾ ਦਿਲ ਕੀਤਾ ਤੇ ਲਗਾ ਜਾਵਾਂਗੇ ਇਹਨਾਂ ਨਾਲ ਨਾ ਕੀਤਾ ਤੇ ਰੁਕ ਜਾਵਾਂਗਾ ਇਹ